ਪੰਜਾਬ ਸਰਕਾਰ ਵੱਲੋਂ ਦੀਨਾਨਗਰ 'ਚ ਨਵੀਂ ਸਬ ਡਿਵੀਜ਼ਨ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਅਤੇ ਕੁਝ ਹੀ ਦਿਨਾਂ 'ਚ SDM ਦਫ਼ਤਰ ਜਿੱਥੇ ਕੰਮ ਸ਼ੁਰੂ ਕਰ ਦਿੱਤਾ ਜਾਏਗਾ। ਇਹ ਸਾਰੀ ਜਾਣਕਾਰੀ ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਦੀਨਾਨਗਰ 'ਚ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਦੀਨਾਨਗਰ ਦੇ ਵਿਕਾਸ ਦੇ ਲਈ ਪੰਜਾਬ ਸਰਕਾਰ ਵੱਲੋਂ 100 ਕਰੋੜ ਤੋਂ ਵੱਧ ਦੇ ਪ੍ਰੋਜੈਕਟ ਪਾਸ ਕੀਤੇ ਗਏ ਨੇ। ਉਹਨਾਂ ਦੱਸਿਆ ਕਿ ਦੀਨਾਨਗਰ ਹਲਕੇ ਦੇ ਵਿਕਾਸ ਦੇ ਲਈ ਵਿਸ਼ੇਸ਼ ਨੀਤੀ ਤਿਆਰ ਕੀਤੀ ਗਈ ਹੈ ਜੋ ਕਿ ਜਲਦ ਲਾਗੂ ਕੀਤੀ ਜਾਵੇਗੀ। ਕਿ ਪਿਛਲੇ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਮਰ ਕੈਪੀਟਲ ਹੁੰਦੀ ਸੀ, ਇਸ ਦੀ ਮਹੱਤਤਾ ਨੂੰ ਹੋਰ ਵਧਾਉਂਦੇ ਹੋਏ ਸਾਡੀ ਸਰਕਾਰ ਨੇ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਜੀ ਜਦੋਂ ਆਏ ਨੇ 15 ਅਗਸਤ ਦੇ, ਉਸ ਦਿਨ ਵੀ ਉਹਨਾਂ ਨੇ ਅਨਾਊਂਸਮੈਂਟ ਕੀਤੀ ਔਰ ਸਾਡੀ ਇਹ ਸੋਚ ਸੀ ਕਿ ਅਸੀਂ ਇਹਨੂੰ ਇਹਦਾ ਅਪਗ੍ਰੇਡ ਕਰਕੇ ਇਹਨੂੰ ਸਬ ਡਿਵੀਜ਼ਨ ਬਣਾਇਆ ਜਾਏ। ਸੋ 12 ਤਰੀਕ ਨੂੰ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ, ਸਾਰੇ ਹੀ ਆਪਣੇ ਇਲਾਕਾ ਵਾਸੀਆਂ ਨੂੰ ਮੈਂ ਵਧਾਈ ਵੀ ਦਿੰਦੀ ਹਾਂ ਕਿ ਇਹਦਾ ਨੋਟੀਫਿਕੇਸ਼ਨ ਜਿਹੜਾ ਆ ਹੋ ਚੁੱਕਿਆ, 12 ਤਰੀਕ ਨੂੰ ਹੋ ਗਿਆ। ਹੁਣ ਇਹ ਫੁੱਲ ਫਲੈਸ਼ਡ ਸਬ ਡਿਵੀਜ਼ਨ ਦੀਨਾਨਗਰ ਬਣ ਗਈ ਹੈ ਔਰ ਇੱਥੇ ਸਾਡਾ ਆਪਣਾ SDM ਬੈਠੇਗਾ ਔਰ ਜੋ ਵੀ ਫੈਸਿਲਿਟੀਜ਼ ਇੱਕ ਸਬ ਡਿਵੀਜ਼ਨ ਵਿੱਚ ਹੋਣੀਆਂ ਚਾਹੀਦੀਆਂ ਨੇ ਉਹ ਇੱਥੇ ਮਿਲਣਗੀਆਂ। ਇਹ ਸਾਡੇ ਲੋਕਾਂ ਨੂੰ ਹਰ ਕੰਮ ਦੇ ਵਾਸਤੇ ਗੁਰਦਾਸਪੁਰ ਜਾਣਾ ਪੈਂਦਾ ਸੀ, ਲੇਕਿਨ ਹੁਣ ਸਾਡਾ ਆਪਣੇ ਅਫਸਰ ਇੱਥੇ ਬੈਠਣ ਕਾਰਨ ਸਾਨੂੰ ਇਲਾਕੇ ਨੂੰ ਤਰਜੀਹ ਦਿੱਤੀ ਜਾਏਗੀ ਔਰ ਜੋ ਵੀ ਕੰਮ ਗੁਰਦਾਸਪੁਰ 'ਚ ਹੁੰਦੇ ਸੀ ਉਹ ਹੁਣ ਦੀਨਾਨਗਰ ਵਿੱਚ ਹੀ ਕੰਮ ਹੋ। ਜਿਹੜਾ ਫਾਇਦਾ ਹੈ, ਬੈਨੀਫਿਟ ਹੈ, ਜਿਹੜਾ 240 ਪਿੰਡਾਂ ਨੂੰ ਮਿਲੇਗਾ। ਇਹ ਰੇਲਵੇ ਓਵਰ ਬ੍ਰਿਜ, ਜਿਹੜੀ ਕਿ ਸਾਡੀ ਆਪਣੀ ਸੋਚ ਸੀ ਕਿ ਰੇਲਵੇ ਓਵਰ ਬ੍ਰਿਜ ਜਿਹੜਾ ਆ ਇਹ ਬਹੁਤ ਜ਼ਰੂਰੀ ਸੀ ਦੀਨਾਨਗਰ ਦੇ ਵਾਸਤੇ, ਇਹ ਤਕਰੀਬਨ 100 ਕਰੋੜ ਤੋਂ ਜ਼ਿਆਦਾ ਹੀ ਹੋਣਗੇ, 100 ਕਰੋੜ ਤੋਂ ਜ਼ਿਆਦਾ ਜਿਹੜਾ ਪੈਸਾ ਆ ਇਹ ਦੀਨਾਨਗਰ 'ਚ ਆ ਰਿਹਾ ਔਰ ਬਾਕੀ ਜਿੰਨੀਆਂ ਵੀ ਸੜਕਾਂ ਹੈ ਉਹਦੀ ਮੁਰੰਮਤ, ਇਹਨਾਂ ਦਾ ਵੀ ਜਿਹੜੇ ਬਜਟ ਹੈ ਉਹ ਵੀ ਆ ਚੁੱਕਿਆ, ਸੜਕਾਂ ਅਪਰੂਵ ਹੋ ਗਈਆਂ, ਕਈ ਜਗ੍ਹਾ 'ਤੇ ਕੰਮ ਚੱਲ ਰਿਹਾ। ਕਾਫੀ ਸਾਰਾ ਪੈਸਾ ਜਿਹੜਾ ਅਸੀਂ ਸਰਕਾਰ ਤੋਂ ਲੈ ਕੇ ਆਏ ਹਾਂ ਤਾਂ ਕਿ ਦੀਨਾਨਗਰ ਦੀ ਨੁਹਾਰ ਬਦਲੇ, ਇਹਦੀ ਤਰੱਕੀ ਹੋਵੇ ਔਰ ਲੋਕਾਂ ਦੀ ਜਿਹੜੀਆਂ ਮੁਸ਼ਕਿਲਾਂ ਨੇ ਉਹਨਾਂ ਨੂੰ ਹੱਲ ਕਰੀਏ। ਦੀਨਾਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ, ਚੈਨਲ 2।